ਫਿਰੋਜ਼ਪੁਰ ਲੋਕ ਸਭਾ ਚੋਣ ਦੇ ਨਤੀਜੇ ਸਾਹਮਣੇ ਆ ਚੁੱਕੇ ਨੇ ਤਾਂ ਦੱਸ ਦਈਏ ਕਿ ਸ਼ੇਰ ਸਿੰਘ ਘੁਬਾਇਆ ਕਾਂਗਰਸ ਤੋਂ ਜਿਹੜੇ ਉਮੀਦਵਾਰ ਸੀ ਫਿਰੋਜ਼ਪੁਰ ਤੋਂ ਜਿੱਤ ਚੁੱਕੇ ਨੇ। ਜੀ ਹਾਂ, ਪੰਜਾਬ ਲੋਕ ਸਭਾ ਦੇ ਚੋਣ ਨਤੀਜੇ 2024 ਦੇ ਵਿੱਚ ਸ਼ੇਰ ਸਿੰਘ ਘੁਬਾਇਆ ਨੇ ਬਾਜ਼ੀ ਮਾਰੀ ਹੈ ਤਾਂ ਦੱਸ ਦਈਏ ਕਿ 3,242 ਵੋਟਾਂ ਦੇ ਫਰਕ ਦੇ ਨਾਲ ਉਹ ਜੇਤੂ ਨੇ ਜਿਹੜੇ ਰਹੇ ਨੇ, ਤਾਂ ਸ਼ੇਰ ਸਿੰਘ ਘੁਬਾਇਆ ਨੇ ਆਪਣੀ ਮੋਹਰ ਹੈ ਜਿਹੜੀ ਜਿੱਤ 'ਤੇ ਉਹ ਲਗਾ ਦਿੱਤੀ ਹੈ। ਅਗੇਨ ਜੇ ਗੱਲ ਕਰੀਏ ਤਾਂ ਕਾਂਗਰਸ ਨੇ ਇੱਥੇ ਬਾਜ਼ੀ ਮਾਰੀ ਹੈ, ਯਾਨੀ ਕਿ ਪੰਜਾਬ ਦੇ ਵਿੱਚ ਕਾਂਗਰਸ ਦਾ ਹੀ ਬੋਲਬਾਲਾ ਜਿਹੜਾ ਉਹ ਦੇਖਣ ਨੂੰ ਮਿਲਿਆ। ਬੀਜੇਪੀ ਕਿਤੇ ਵੀ ਨਜ਼ਰ ਨਹੀਂ ਆਈ ਹੈ, ਜਦਕਿ ਉਮੀਦਾਂ ਲਗਾਈਆਂ ਜਾ ਰਹੀਆਂ ਸੀ, ਕਿਆਸ ਲਗਾਏ ਜਾ ਰਹੇ ਸੀ ਕਿ ਬੀਜੇਪੀ ਜਿਹੜੀ ਆ ਉਹ ਜਿੱਤੇਗੀ। ਹਾਲਾਂਕਿ ਬੀਜੇਪੀ ਲੀਡ ਵੀ ਕਰਦੀ ਨਜ਼ਰ ਆਈ ਸੀ ਕਾਫੀ ਥਾਵਾਂ ਤੋਂ, ਪਰ ਹੁਣ ਜਿਹੜੇ ਨਤੀਜੇ ਸਾਹਮਣੇ ਆਏ ਹੈ ਉਹ ਕੁਝ ਹੋਰ ਹੀ ਕਹਿੰਦੇ ਨੇ। ਹਰ ਜਗ੍ਹਾ ਤੇ ਕਾਂਗਰਸ ਆਪਣੀ ਜਿੱਤ ਦਾ ਝੰਡਾ ਲਹਿਰਾਉਂਦੀ ਨਜ਼ਰ ਆ ਰਹੀ ਹੈ। ਹੋਰ ਜਾਣਕਾਰੀ ਲਈ ਦੇਖਦੇ ਰਹੋ ਆਪਣਾ ਪੰਜਾਬ ਮੀਡੀਆ ਟੀਵੀ ਨਿਊਯਾਰਕ।